ਹੁਸ਼ਿਆਰਪੁਰ ਦੇ ਮਟਿਆਣਾ ਖੇਤਰ 'ਚ ਚੋਰਾਂ ਦੇ ਹੌਸਲੇ ਇੱਥੋਂ ਤੱਕ ਬੁਲੰਦ ਨੇ ਕਿ ਇੱਥੇ ਨਿੱਤ ਦਿਨ ਹੀ ਚੋਰ ਕਿਸੇ ਨਾ ਕਿਸੇ ਘਰ ਦੇ ਹੱਥ ਸਾਫ਼ ਕਰ ਦਿੰਦੇ ਨੇ, ਜਿਸ ਤੋਂ ਬਾਅਦ ਇੱਥੇ ਸ਼ਿਕਾਇਤ ਦੇ ਬਾਵਜੂਦ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਅੰਤ ਹੁਣ ਇੱਥੋਂ ਦੇ ਲੋਕਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਵਿਰੁੱਧ ਭੜਾਸ ਕੱਢੀ ਹੈ। ਦਰਅਸਲ ਇੱਥੋਂ ਦੇ ਰਹਿਣ ਵਾਲੇ ਲਖਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਅੱਜ ਤੋਂ 4 ਮਹੀਨੇ ਪਹਿਲਾਂ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਤੋਂ ਬਾਅਦ ਵੀ ਹੁਣ ਤੱਕ ਪੁਲਿਸ ਨੇ ਕਿਸੇ ਕਿਸਮ ਦੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। 21 ਮਈ 2019 ਨੂੰ ਦਿਨ ਨੂੰ 10:30 ਤੋਂ 12 ਦੇ ਵਿੱਚ ਘਰ ਦੇ ਵਿੱਚ ਚੋਰੀ ਹੋ ਗਈ ਸੀ, ਜਿਹਦੇ ਵਿੱਚ 23 ਤੋਲੇ ਸੋਨਾ ਔਰ 1.25 ਲੱਖ ਰੁਪਏ ਦਾ ਕੈਸ਼, 2 ਮੋਬਾਈਲ ਫੋਨ, 7 ਲੇਡੀ ਪਰਸ ਔਰ ਬਾਕੀ ਜੋ ਛੋਟੇ ਛੋਟੀਆਂ ਚੀਜ਼ਾਂ ਮਤਲਬ ਛੋਟੇ ਚੀਜ਼ਾਂ ਦੇ ਵਿੱਚ ਸਮਾਨ ਸੀਗਾ, ਉਹ ਸਾਰਾ ਸਿੱਕੇ ਭਾਨ ਡਾਲਰ ਜੋ ਵੀ ਸਭ ਲੈ ਗਏ ਸੀ। ਪੁਲਿਸ ਨੇ ਕਾਰਵਾਈ ਕੋਈ ਕੀਤੀ? ਪੁਲਿਸ ਨੇ ਕਾਰਵਾਈ ਕੋਈ ਉਸ ਦਿਨ ਬਸ ਸਿਰਫ ਡੋਗ ਸਕੁਆਡ ਔਰ ਲੈ ਕੇ ਆਏ ਸੀਗੇ ਫਿੰਗਰਪ੍ਰਿੰਟ ਵਾਲੇ ਨੂੰ, ਉਸ ਤੋਂ ਬਾਅਦ ਕੋਈ ਸੈਟਿਸਫੈਕਟਰੀ ਰਿਪਲਾਈ ਅੱਜ ਤੱਕ 3 ਮਹੀਨੇ ਪੂਰੇ ਹੋਣ ਵਾਲੇ ਹੋ ਗਏ ਆ। ਬਸ ਜੀ ਕਰ ਰਹੇ ਹਾਂ। ਮੈਂ ਆਪਣੇ ਸ਼ੱਕ ਦੇ ਮਜ਼ਾਕ ਬਾਅਦ ਪਹਿਲਾਂ ਕਹਿੰਦੇ ਸੀ ਲਿਖ ਕੇ ਦਿਓ ਤੁਸੀਂ ਬੰਦੇ ਸੀ ਉਹਨਾਂ ਨੂੰ ਇੱਦਾਂ ਕਰਾਂਗੇ, ਫਿਰ ਮੈਂ 11 ਜੁਲਾਈ ਨੂੰ ਲਿਖ ਕੇ ਵੀ ਦਿੱਤਾ ਬੰਦਾ ਇੱਕ ਦਾ, ਉਹਨੂੰ ਵੀ ਉਹਨੀ 6 ਦਿਨਾਂ ਬਾਅਦ ਮੈਨੂੰ ਦੱਸਿਆ, ਜਦਕਿ ਕਾਰਵਾਈ ਉਸ ਦਿਨ ਦੂਜੇ ਦਿਨ ਕਰਨੀ ਚਾਹੀਦੀ ਸੀ ਜੀ 11 ਜੁਲਾਈ। ਉਹਨੀ 14-15 ਜੁਲਾਈ ਤੋਂ ਬਾਅਦ ਮੈਨੂੰ ਦੱਸਿਆ ਵੀ ਹਾਂਜੀ ਅਸੀਂ ਲੈ ਗਏ ਸੀ, ਉਹਨੇ ਕੁਛ ਨਹੀਂ ਬੋਲਿਆ। ਇਸ ਸੰਬੰਧੀ ਕਿਸੇ ਉੱਚ ਅਧਿਕਾਰੀ ਨੂੰ ਮਿਲੇ ਤੁਸੀਂ? ਉੱਚ ਅਧਿਕਾਰੀ ਮੈਂ SSP ਚੇਰੀਅਨ ਇਹ ਚੇਰੀਅਨ ਸਾਹਿਬ ਨੂੰ ਮਿਲਿਆ ਸੀ ਮੈਂ 22 ਜੂਨ ਨੂੰ 18 ਜੂਨ ਨੂੰ, ਔਰ ਉਸ ਤੋਂ ਬਾਅਦ ਹੁਣ ਨਵੇਂ ਵਾਲੇ SSP ਸਾਹਿਬ ਨੂੰ 6 ਅਗਸਤ ਨੂੰ ਮਿਲਿਆ ਸੀ, DSP ਚੱਡਾ ਸਾਹਿਬ ਨੂੰ ਮਿਲਿਆ ਸੀ 3 ਜੁਲਾਈ ਨੂੰ, ਉਸ ਤੋਂ ਬਾਅਦ 9 ਜੁਲਾਈ ਨੂੰ DSP ਚੱਡਾ ਸਾਹਿਬ ਤੋਂ ਮੈਨੂੰ ਕੋਈ ਸੈਟਿਸਫੈਕਟਰੀ ਜਵਾਬ ਨਹੀਂ ਮਿਲਿਆ। ਉਹਨੇ ਸਿਰਫ SHO ਨੂੰ ਫੋਨ ਕਰ ਦਿੱਤਾ ਵੀ ਹਾਂਜੀ ਇਹਨਾਂ ਦਾ ਦੇਖੋ ਜੀ। ਉਸ ਤੋਂ ਬਾਅਦ ਜਦੋਂ ਦੁਬਾਰਾ ਮੈਂ 9 ਜੁਲਾਈ ਨੂੰ ਮਿਲਿਆ ਤਾਂ ਬਸ ਕਹਿੰਦੇ ਜੀ ਉਹ ਫਿਰ ਉਹਨੇ ਇਨਵੈਸਟੀਗੇਟ ਕਰ ਲਿਆ, 4 ਬੰਦੇ ਚੱਕ ਕੇ ਪੁੱਛ ਗਿੱਛ ਕਰ ਲਈ ਹੈ SI ਨੇ, ਬਾਕੀ ਉਹਨੇ ਕੋਈ ਕਾਰਵਾਈ ਜੋ ਸੀ ਮਤਲਬ ਹੋ ਗਈ ਤਾਂ ਉਹਨਾਂ ਨੂੰ ਕੋਈ ਚੋਰ ਪਤਾ ਨਹੀਂ ਲੱਗਾ, ਜਦੋਂ ਲੱਗੂਗਾ ਦੱਸਾਂਗੇ। ਦੂਜੇ ਪਾਸੇ DSP ਸਤਿੰਦਰ ਕੁਮਾਰ ਚੱਡਾ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਅਕਤੀਆਂ 'ਤੇ ਲਖਵੀਰ ਸਿੰਘ ਨੇ ਸ਼ੱਕ ਜਤਾਇਆ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਹੜੀ ਹੈ ਲਖਵੀਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਨਡਾਲੋਂ ਦੇ ਘਰ ਹੋਈ ਸੀ, ਜਿਹਦੇ ਸੰਬੰਧ ਵਿੱਚ ਬਕਾਇਦਾ FIR ਨੰਬਰ 55 ਡੇਟਿਡ 28/5/19 ਜਿਹੜੀ ਹੈ ਥਾਣਾ ਮੀਡੀਆਣਾ ਵਿੱਚ ਦਰਜ ਰਜਿਸਟਰ ਕੀਤੀ ਗਈ ਹੈ। ਇਹ FIR ਇਹਨਾਂ ਨੇ ਅਨਨੋਨ ਬੰਦਿਆਂ ਦੇ ਖਿਲਾਫ ਦਰਜ ਕਰਵਾਈ ਸੀ ਕਿ ਕੋਈ ਨਾਮ ਲੂ ਨਾ ਪਤਾ ਆਦਮੀ ਸਾਡੇ ਘਰੋਂ ਚੋਰੀ ਕਰਕੇ ਲੈ ਗਏ ਨੇ, ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਸ਼ੱਕ ਦੇ ਬਿਨਾਂ 'ਤੇ ਕੁਝ ਬੰਦਿਆਂ ਦੇ ਨਾਂ ਲਏ ਸੀਗੇ ਜਿਨ੍ਹਾਂ ਨੂੰ ਅਸੀਂ ਇੰਟੈਰੋਗੇਸ਼ਨ ਵੀ ਕੀਤੀ ਹੈ ਅਤੇ ਸ਼ਾਮਲ ਤਫਤੀਸ਼ ਵੀ ਕੀਤੇ ਆ, ਜਿਨ੍ਹਾਂ ਦੀ CIA ਵੀ ਪੁੱਛਗਿੱਛ ਹੋ ਚੁੱਕੀ ਹੈ। ਉਸ ਤੋਂ ਇਲਾਵਾ ਉਹਨਾਂ ਦੇ ਫਿੰਗਰਪ੍ਰਿੰਟ ਜਿਹੜੇ ਆ ਅਸੀਂ ਉਹ ਲੈ ਕੇ ਸਾਰੇ ਮਿਲਾਉਣ ਲਈ ਵੀ ਭੇਜੇ ਹੋਏ ਨੇ, ਜਿੰਨੇ ਸ਼ੱਕੀ ਬੰਦੇ ਇਹਨਾਂ ਵੱਲੋਂ ਲਿਖਾਏ ਗਏ ਸੀਗੇ ਉਹ ਸ਼ੱਕੀ ਬੰਦੇ ਅਸੀਂ ਸਾਰੇ ਸ਼ਾਮਲ ਤਫਤੀਸ਼ ਕਰ ਚੁੱਕੇ ਹਾਂ ਔਰ ਉਹਨਾਂ ਦੇ ਸੈਂਟੀਫਿਕ ਢੰਗ ਨਾਲ ਉਹਨਾਂ ਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹੈਗੇ ਹਾਂ, ਅਗਰ ਕੋਈ ਪ੍ਰੂਫ ਸਾਹਮਣੇ ਆਉਂਦਾ ਹੈ ਤਾਂ ਅਸੀਂ ਉਹ ਉਹਨਾਂ ਦੀ ਗ੍ਰਿਫਤਾਰੀ ਪਾਵਾਂਗੇ। ਹੁਣ ਦੇਖਣਾ ਹੋਵੇਗਾ ਕਿ ਇਸ ਪੀੜਤ ਵਿਅਕਤੀ ਨੂੰ ਪੁਲਿਸ ਕਦੋਂ ਤੱਕ ਇਨਸਾਫ਼ ਦਿਵਾਉਣ ਵਿੱਚ ਕਾਮਯਾਬ ਹੁੰਦੀ ਹੈ। ਹੁਸ਼ਿਆਰਪੁਰ ਤੋਂ ਸੁਨੀਲ ਲਾਖਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ January 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਕੀ ਤੁਸੀਂ ਕੈਨੇਡਾ ਜਾ ਕਰਕੇ ਪੜ੍ਹਾਈ ਕਰਨਾ ਚਾਹੁੰਦੇ ਹੋ? IELTS 1 ਮਡਿਊਲ 5.5 ਬੈਂਡ ਹੋਣ ਕਰਕੇ ਸੁਪਨਾ ਤੁਹਾਡਾ ਪੂਰਾ ਨਹੀਂ ਹੋ ਪਾ ਰਿਹਾ? ਆਪਣੇ ਸ਼ਹਿਰ 'ਚ ਹੋ ਰਹੇ ਸੈਮੀਨਾਰ ਦਾ ਹਿੱਸਾ ਬਣੋ। ਹੁਣੇ ਕਾਲ ਕਰੋ 90419 90419।